ਸੋ ਬਾਬਾ ਜੀ ਫਕਰਾਂ ਦੀ ਜੂਨ ਬਾਰੇ ਕੁਝ ਕਹਿਣ ਲੱਗੀ ਆਪਣੀ ਇਸ ਜ਼ੁਬਾਨ ਚੋਂ ਖੋਰੇ ਕਿਉਂ ਜ਼ਿੰਦਾ ਹਾਂ ਇਹ ਮੈਨੂੰ ਸਮਝ ਨਹੀਂ ਪੈਂਦੀ ਇਹ ਮੌਤ ਵੀ ਤੇਰੇ ਜੀ ਜਿਹੜੀ ਸਾਰ ਨਹੀਂ ਲੈਂਦੀ ਖੋਰੇ ਕਿਉਂ ਜ਼ਿੰਦਾ ਹਾਂ ਮੈਨੂੰ ਸਮਝ ਨਹੀਂ ਪੈਂਦੀ ਇਹ ਮੌਤ ਵੀ ਤੇਰੇ ਜੀ ਜਿਹੜੀ ਸਾਰ ਨਹੀਂ ਲੈਂਦੀ ਹੋਏ ਸੀ ਬੰਦੇ ਪੂਜੇ ਨੇ ਤਾਂ ਵੀ ਖਾਲੀ ਲੋਕੀ ਰੱਬ ਨੂੰ ਪਾ ਗਏ ਨੇ ਪੂਜਾ ਕਰਕੇ ਪੱਥਰਾਂ ਦੀ ਜਦ ਮਿਲ ਕੇ ਬੈਠਾਂਗੇ ਫਿਰ ਬਹਿ ਕੇ ਦੱਸਾਂਗੇ ਕੀ ਜੂਨ ਹੈ ਫਕਰਾਂ ਦੀ ਕੀ ਜੂਨ ਹੈ ਫਕਰਾਂ ਦੀ ਜਿਹੜੇ ਰਾਹੀ ਪੈ ਗਿਆ ਹੁਣ ਪਿੱਛੇ ਕੀ ਮੁੜਨਾ ਸਾਨੂੰ ਜਾਂਦੀ ਉਮਰੇ ਨੀ ਹੁਣ ਪਿਆਰ ਕੀ ਜੁੜਨਾ ਇਤਬਾਰ ਨਹੀਂ ਕਰਦੇ ਇਹਨਾਂ ਪਿਆਰ ਦੀ ਗੱਲਾਂ ਤੋਂ ਹੁਣ ਡਰ ਜਿਹਾ ਲੱਗਦਾ ਹੈ ਇਹਨਾਂ ਪਿਆਰ ਦੇ ਅੱਖਰਾਂ ਤੋਂ ਜਦ ਮਿਲ ਕੇ ਬੈਠਾਂਗੇ ਦੁਸ਼ਮਣ ਸੀ ਜਾਂ ਉਹਦੀ ਜਾਨ ਫਤਿਹ ਉਹਨੇ ਸਾਬਤ ਕਰ ਦਿੱਤਾ ਲੱਗ ਚੁੱਕੀ ਹੈ ਬਸ ਬਾਬਾ ਜੀ ਮੇਰੀ ਜ਼ਿੰਦਗੀ ਬਣ ਗਈ ਹੈ ਥੈਂਕ ਯੂ ਸੋ ਮੱਚ ਸੋ ਜੇ ਸਾਰਿਆਂ ਨੂੰ ਚੰਗਾ ਲੱਗਿਆ ਇੱਕ ਵਾਰ ਤਾੜੀ ਮਾਰ ਕੇ ਆਸ਼ੀਰਵਾਦ ਜ਼ਰੂਰ ਦੇ ਦਿਓ
सो थैंक यू सो मच, थैंक यू भाजी रूबी भाजी का, थैंक यू जिन्हों का करके इन्ने रब वर्गिया रूहों के मैं दीदार करने का मौका मिले। सो थैंक यू सो मच भाजी, थैंक यू बाबा जी।